ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਵਿੱਚ ਚੋਰੀ ਅਤੇ ਲੁੱਟ ਖੋਹਾਂ ਦੀ ਵਾਰਦਾਤਾਂ ਨੂੰ ਇਲਜ਼ਾਮ ਦੇਣ ਵਾਲੇ 3 ਮੁਲਜ਼ਮ ਦਸੂਹਾ ਪੁਲਿਸ ਨੇ ਕੀਤੇ ਨੇ ਕਾਬੂ ਅਤੇ 1 ਫਰਾਰ। ਮੁਲਜ਼ਮ ਇਲਾਕੇ ਵਿੱਚ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਦੇ ਚੁੱਕੇ ਨੇ ਅੰਜਾਮ। ਜਿਹੜਾ ਚੋਰਾਂ ਦੇ 3 ਚੋਰ ਨੇ ਜਿਹੜੇ ਫੜੇ ਹੈਗੇ ਆ, ਜਿਨ੍ਹਾਂ ਨੇ ਆਪਣੇ ਏਰੀਏ ਦੇ ਵਿੱਚ ਤਲਵਾੜਾ ਦਸੂਹਾ ਏਰੀਏ ਦੇ ਵਿੱਚ ਚੋਰੀਆਂ ਕੀਤੀਆਂ ਸੀ, ਉਹਨਾਂ ਨੂੰ ਦਸੂਹਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਪ੍ਰਾਪਤ ਹੋਈ ਹੈ। ਸੋ ਇਹ ਸਾਡੇ ਦਸੂਹੇ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ 2-3 ਚੋਰੀਆਂ ਜਿਹੜੀਆਂ ਹੋਈਆਂ ਸੀ ਅਤੇ ਕੁਛ ਤਲਵਾੜੇ ਦੇ ਵਿੱਚ ਵੀ ਹੋਈਆਂ ਸੀ। ਉਹ ਚੋਰੀਆਂ ਦੇ ਵਿੱਚ ਇਹ ਜਿਹੜੇ ਅਸੀਂ ਜਦੋਂ ਟਰੇਸ ਕੀਤੇ ਤਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਅਤੇ ਇਹਨਾਂ ਨੇ ਸਾਡੇ ਤਲਵਾੜਾ ਅਤੇ ਦਸੂਹੇਰੀ ਦੇ ਵਿੱਚ ਚੋਰੀਆਂ ਕੀਤੀਆਂ ਸੀ। ਅਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ, ਗੁਰਦਿੱਤਾ ਉਰਫ ਗਗਨ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਉੱਚੀ ਵਸੀ, ਇੱਕ ਪੰਕਜ ਉਰਫ ਚਨੌਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਵਾਲ ਥਾਣਾ ਮਕੇਰੀਆਂ, ਅਤੇ ਸਮਿਤ ਕੁਮਾਰ ਉਰਫ ਬਾਜ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਕਲੋਨੀ ਮਕੇਰੀਆਂ। ਇਹ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਪੁਲਿਸ ਪਾਰਟੀ ਵੱਲੋਂ ਸਾਡੇ ਏਸੀ ਸਰਬਜੀਤ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਿਆ ਅਤੇ ਸਾਡੇ ਮੁਕੱਦਮੇ ਜਿਹੜੇ ਸਾਡੇ ਦਰਜ ਹੋਏ ਸੀ, ਮੁਕੱਦਮਾ ਨੰਬਰ 160 ਮਿਤੀ 1-8-2024 ਅੰਡਰ ਸੈਕਸ਼ਨ 331-3 ਅਤੇ 305 BN ਤਹਿਤ ਥਾਣਾ ਦਸੂਹਾ ਇੱਕ ਮੁਕੱਦਮਾ ਦਰਜ ਹੋਇਆ ਸੀ, ਜਿਸ ਮੁਕੱਦਮੇ ਵਿੱਚ ਇਹ ਲੜਿੰਦੇ ਸੀ ਅਤੇ ਇਹਨਾਂ ਦੀ ਗ੍ਰਿਫਤਾਰ ਪਾਈ ਗਈ ਹੈ। ਅਤੇ ਇਹਨਾਂ ਪਾਸੋਂ ਇੱਕ ਜਿਹੜਾ ਵਾਰਦਾਤ ਹੋਈ ਸੀ ਗੰਗਾ ਚੱਕ, ਉੱਥੇ ਇੱਕ ਮੋਬਾਈਲ ਫੋਨ ਅਤੇ ਗੋਲਡ ਅਤੇ ਇੱਕ ਕੈਸ਼ ਇਹਨਾਂ ਨੇ ਚੋਰੀ ਜਿਹੜੇ ਕੀਤਾ ਸੀ, ਉਹਦੇ 'ਚੋਂ ਇੱਕ ਮੋਬਾਈਲ ਫੋਨ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਿਆ। ਅਤੇ ਉਸ ਵਾਰਦਾਤ ਦੌਰਾਨ ਜਿਹੜੀ ਇਹਨਾਂ ਨੇ ਇੱਕ ਵਹੀਕਲ ਸਕੂਟਰੀ ਜਿਹੜੀ PV 54J 1771 ਜਿਹੜੀ ਵਾਰਦਾਤ ਦੌਰਾਨ ਵਰਤੀ ਸੀ ਉਹ ਵੀ ਪੁਲਿਸ ਵੱਲੋਂ ਰਿਕਵਰ ਕੀਤੀ ਜਾ ਚੁੱਕੀ ਹੈ। ਬਾਕੀ ਜਿਹੜਾ ਇਹਨਾਂ ਪਾਸੋਂ 2000 ਭਾਰਤੀ ਕਰੰਸੀ ਜਿਹੜੀ ਹੈਗੀ ਹੈ ਉਹ ਵੀ ਰਿਕਵਰ ਕੀਤੀ ਜਾ ਚੁੱਕੀ ਹੈ। ਹੁਣ ਜਿਹੜੇ ਇਹ ਦੋਸ਼ੀ ਹਨ ਇਹ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਹਨ ਅਤੇ ਅਸੀਂ ਫਰਦਰ ਹੋਰ ਇਹਨਾਂ ਦੀ ਇੰਟੈਰੋਗੇਸ਼ਨ ਕਰ ਰਹੇ ਹੈਗੇ ਹਾਂ ਵੀ ਇਹ ਫਿਲਹਾਲ ਹੋਰ ਕਿੱਥੇ ਕਿੱਥੇ ਇਹਨਾਂ ਨੇ ਏਰੀਏ ਦੇ ਵਿੱਚ ਚੋਰੀਆਂ ਕੀਤੀਆਂ ਹਨ ਅਤੇ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਹੋਰ ਜਿਹੜੇ ਇਹਨਾਂ ਦੇ ਦੋਸ਼ੀ ਜਾਂ ਸਹਿ ਮੈਂਬਰ ਜਿਹੜੇ ਹੈਗੇ ਆ ਇਹਨਾਂ ਨਾਲ ਜੁੜੇ ਹੈਗੇ ਉਹਨਾਂ ਬਾਰੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ। ਸਰ ਇਹਨਾਂ 'ਤੇ ਪਹਿਲਾਂ ਵੀ ਕਿਤੇ ਮਾਮਲੇ ਦਰਜ ਹੈਗੇ ਇਹਨਾਂ ਤੋਂ? ਹਾਂਜੀ, ਆਪਣੇ ਕੋਲ ਜਿਹੜਾ ਦੋਸ਼ੀ ਸਮਿਤ ਕੁਮਾਰ ਉਰਫ ਬਾਜ ਪੁੱਤਰ ਬਲਵਿੰਦਰ ਸਿੰਘ ਹੈ, ਇਹਦੇ ਖਿਲਾਫ਼ ਪਹਿਲਾਂ ਥਾਣਾ ਮੁਕੇਰੀਆਂ ਅਤੇ ਹਾਜੀਪੁਰ ਦੇ ਟੋਟਲ 3 ਮੁਕੱਦਮੇ ਦਰਜ। ਅਤੇ ਦੋਸ਼ੀ ਜਿਹੜਾ ਪੰਕਜ ਉਰਫ ਚਨੌਤਾ ਹੈ ਪੁੱਤਰ ਕਰਤਾਰ ਵਾਸੀ ਫੱਤੂਵਾਲ, ਇਹਦੇ ਆਪਣੇ ਥਾਣਾ ਮੁਕੇਰੀਆਂ ਤਲਵਾੜਾ ਦੇ ਵਿੱਚ ਕੁੱਲ ਟੋਟਲ 6 ਮੁਕੱਦਮੇ ਦਰਜ ਹਨ।